मैं फिर थोड़े को आ चुका एक बार फिर, क्योंकि मैं पहुंचा बिट्टू हेर दे घर, तो आओ उन्हों के परिवार न सारे मिलते फोटो कराने लिए कहते तैयार है सी, तो फोटो करा लिए ब्लॉग देखते रहो। लो जी मैं पहुंच चुका हूं हेरा पिंड दे विच शीरा जसवीर जी दे घर बाहर, बिल्कुल घर सामने। तो हूँ भाई एस एम कनेडा ने, पर उन्होंने फादर साहब इतने ने, आओ उन्होंने गलबात करते हैं, जे घर हो फिर गल होगी। हाँ जी दोस्तों, जिमें कि मेले तो फ्री होके हूँ आप आ गए हैं भाई को, भाई के घर। और पापा जी बैठो इधर ही आए मेरे को। सुनाओ कि सेहतां ठीक ठाक नहीं? सो दोस्तों साढ़े पंजाब नहीं पूरे हिंदुस्तान की सुरीली आवाज़ सैड सॉन्ग की बादशाह, चाहे वह भंगड़े वाले गीत हो चाहे सैड सॉन्ग गीत हो, हमेशा उन्होंने पंजाबी जगत की सेवा की है। तो अज भी वो कनेडा के बीच ने, तो उन्होंने परिवार जोड़ा इतने ने पापा जी, उन्होंने फादर साहब, अज उन्होंने मिल के बड़ी खुशी हुई है कि पापा जी आप हाड़िया नहीं लगते। तो मैनू ना फोन आया सी कल रात, तो शीरा भाजी कहते जे जाए तो पापा जी ने जरूर मिल। ठीक है, मैं क्या जी मैं जरूर मिल के आवाना, तो फोन आता ही रहा होना। तो वह कहें कि मिल के जरूर आयो, तो गल बात करके आयो कि भी मैं इतने ठीक ठाक हाँ, सुख शांत आ, बहुत वधिया काम चल रहा, काम से गए हुए हैं, काम को आ जाइए। और दोस्तों बड़ा अच्छा, क्योंकि जे जिस माँ प्यो के बच्चे सैट ने अपने कामां कारां ते, उस माँ प्यो लई होर सब तो वड्डी खुशी वाली कि गल है। सो ये बड़ी भागा वाले ने कि इन्हां दे सारे बच्चे आपो अपने थान सैटल ने, और बड़ा मुहब्बत करते हैं घर बार, तो सारा घूम के देख लिया, सारा विखाया, ये बहुत सोहना हाउस है। तो असी पापा जी ने गल कर रहे हैं कि तुम सारे देख ही रहे हैं जी। हाँ जी, थैंक यू जी, लव यू। तो साढ़े बिट्टू हेर जी ये भी साढ़े नाल इतने पंज घर आए हैं, तो आओ हूँ चलते हैं सरप्राइज जेडे तुम विखाते, एक पहला सरप्राइज और दूसरा सरप्राइज तुम खाने। लो जी आप पहुँच चुके हैं नकोदर, तो शीरे भाई तो घरों आने तो बाद नकोदर पहुँच गए हैं। नकोदर तो आप मुड़ गए जी, इधर न जगराओं वाले रोड वालों मुड़ते पे हैं जी। तो हम जी सरप्राइज की है वो तुम उ जाके विखावे। तो वेखो स्काई कि वधिया जी।
ਲਓ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਸ਼ੰਕਰ ਅਤੇ ਅੱਗੇ ਸ਼ੰਕਰ ਦੇ ਨਾਲ ਇੱਕ ਪੈਲਸ ਆਏਗਾ ਅਤੇ ਉਸ ਪੈਲਸ ਤੋਂ ਆਪਾਂ ਮੁੜਾਂਗੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਸਾਡੇ ਬਹੁਤ ਹੀ ਪਿਆਰੇ ਪਰਮ ਮਿੱਤਰ ਜਾਣੇ ਕਿ ਜੋ ਅੱਜ ਕੱਲ੍ਹ ਦੁਨੀਆ 'ਤੇ ਨਹੀਂ ਰਹੇ ਉਹਦੀਆਂ ਹਮੇਸ਼ਾ ਯਾਦਾਂ ਸਾਡੇ ਦਿਲਾਂ 'ਚ ਆ ਬਹੁਤ ਹੀ ਪਿਆਰਾ ਆਰਟਿਸਟ ਜਿਹਨੇ ਸਾਡੇ ਨਾਲ ਬਹੁਤ ਜ਼ਿਆਦਾ ਵਰਕ ਕੀਤਾ ਕੰਮ ਕੀਤਾ ਜਾਣੇ ਕਿ ਸੱਤਾ ਅਮਲੀ ਅੱਜ ਉਹ ਨਹੀਂ ਹੈ ਫਿਰ ਵੀ ਅਸੀਂ ਉਹਨਾਂ ਦੇ ਪਰਿਵਾਰ ਵੱਲ ਜਾ ਰਹੇ ਹਾਂ ਕਿ ਆਓ ਉੱਥੇ ਜਾ ਕੇ ਗੱਲਬਾਤ ਕਰਦੇ ਹਾਂ ਅਤੇ ਮਿਲਦੇ ਉਹਨਾਂ ਦੇ ਘਰ ਆਪਣੇ ਮਿੱਤਰ ਪਰ ਮਿੱਤਰ ਜਿਹੜਾ ਹਮੇਸ਼ਾ ਸਾਡੇ ਦਿਲ 'ਚ ਜਿੰਦਾ ਰਹੇਗਾ ਉਹਨਾਂ ਦੇ ਪਰਿਵਾਰ ਵੱਲ ਜਾਣੀ ਕਿ ਸੱਤਾ ਭਾਅ ਜੀ ਦੇ ਘਰ ਸੱਤਾ ਅਮਲੀ ਜਿਹਨੂੰ ਕਰੈਕਟਰ ਆ ਤੁਸੀਂ ਬਹੁਤ ਨਿਵਾਜ਼ਿਆ ਪਿਆਰ ਦਿੱਤਾ ਮੈਂ ਆਪਣੇ ਜਿਗਰੀ ਯਾਰ ਜੋ ਮੇਰਾ ਦਿਲ ਦੇ ਕਰੀਬ ਸੀ ਕਾਫੀ ਫਿਲਮਾਂ ਇਕੱਠਿਆਂ ਨੇ ਕੀਤੀਆਂ ਅਸੀਂ ਉਦੋਂ ਵੀ ਆਏ ਸੀ ਜਦੋਂ ਇਹ ਟ੍ਰੈਜਡੀ ਹੋਈ ਹਾਂ ਹਾਂ ਮੈਨੂੰ ਪਤਾ ਜੀ ਅਤੇ ਪਾਪਾ ਜੀ ਨਾਲ ਗੱਲ ਕਰਦੇ ਹਾਂ ਅਤੇ ਪਾਪਾ ਜੀ ਵੱਲ ਕੈਮਰਾ ਕਰੋ ਤੁਸੀਂ ਅਤੇ ਇਹ ਸਾਡੇ ਪਾਪਾ ਜੀ ਆ ਸਾਡੇ ਸੱਤੇ ਭਾਈ ਦੇ ਫਾਦਰ ਸਾਹਿਬ ਹੋਰ ਸੁਣਾਓ ਕਿੱਦਾਂ ਪਰਿਵਾਰ ਚਾਹੁੰਦੀ ਜਾਂਦਾ ਹਾਂ ਤਾਂ ਬਾਕੀ ਗੱਲਾਂ ਬਾਅਦ 'ਚ ਕਰ ਦਿਓ ਸੋ ਹਾਂਜੀ ਦੋਸਤੋ ਜਿਵੇਂ ਮੈਂ ਦੱਸਿਆ ਸੀ ਕਿ ਅਸੀਂ ਪਹੁੰਚ ਚੁੱਕੇ ਹਾਂ ਹੁਣ ਇਸ ਟਾਈਮ ਪਹਿਲਾਂ ਤੁਹਾਨੂੰ ਮਿਲਾਇਆ ਸੱਤੇ ਭਾਈ ਦੇ ਫਾਦਰ ਸਾਹਿਬ ਹੁਣ ਉਹਨਾਂ ਦੇ ਬੇਟੇ ਨਾਲ ਬੈਠੇ ਹਾਂ ਅਤੇ ਬਹੁਤ ਪਿਆਰਾ ਬੱਚਾ ਅਤੇ ਮਾਲਕ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਮਾਣੇ ਹਰ ਰੰਗ ਮਾਣੇ ਹਰ ਖੁਸ਼ੀ ਮਾਣੇ ਤੱਤੀ ਵਾਹ ਨਾ ਲੱਗੇ ਹਮੇਸ਼ਾ ਬੁਲੰਦੀਆਂ ਨੂੰ ਛੂੰਹਦਾ ਰਹੇ ਇਹਦੇ ਦਿਲ ਦੇ ਵਿੱਚ ਜਿਹੜੀ ਮਨੋਕਾਮਨਾ ਪੂਰੀ ਹੋ ਅਸੀਂ ਇਹੀ ਦੁਆ ਕਰਦੇ ਹਾਂ ਔਰ ਮੈਂ ਸ਼ਾਇਦ ਇਹਨਾਂ ਕੋਲ ਮੇਰਾ ਨੰਬਰ ਹੈ ਨਹੀਂ ਮੈਂ ਨੰਬਰ ਵੀ ਦੇ ਕੇ ਜਾਵਾਂਗਾ ਮੇਰੇ ਨਾਲ ਗੱਲ ਜਦੋਂ ਮਰਜ਼ੀ ਕਰਿਆ ਕਰਨ ਐਨੀ ਟਾਈਮ ਔਰ ਅਸੀਂ ਹਮੇਸ਼ਾ ਭਾਅ ਜੀ ਨੂੰ ਸੱਤੇ ਭਾਅ ਜੀ ਨੂੰ ਦਿਲ 'ਚ ਰੱਖਿਆ ਸੋਚ ਰਹੇ ਹੁਣ ਸੱਤਾ ਅਮਲੀ ਜਿਹਨੂੰ ਡੌਨ ਅਮਲੀ ਨੇ ਜਿਹਨੂੰ ਜਿਹਨਾਂ ਨੇ ਡੌਨ ਅਮਲੀ ਤਿਆਰ ਕੀਤਾ ਯਾਨੀ ਕਿ ਡੌਨ ਅਮਲੀ ਦੇ ਗੁਰੂ ਜੀ ਉਸਤਾਦ ਜੀ ਸੱਤਾ ਅਮਲੀ ਅਤੇ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਹਾਂ ਪਰਿਵਾਰ ਦੇ ਵਿੱਚ ਹਾਂ ਸੋ ਬਹੁਤ ਬਹੁਤ ਧੰਨਵਾਦ ਬਾਕੀ ਉਹਨਾਂ ਦਾ ਸਾਰਾ ਪਰਿਵਾਰ ਬੈਠਾ ਅਤੇ ਅੱਗੇ ਤੁਹਾਨੂੰ ਮਿਲਾਉਂਦੇ ਹਾਂ ਅਗਲੇ ਜਿੱਥੇ ਇੱਕ ਹੋਰ ਸਰਪ੍ਰਾਈਜ਼ ਦੇਣਾ ਉੱਥੇ ਜਾਵਾਂਗੇ ਸੋ ਦੋਸਤੋ ਹੁਣ ਅਸੀਂ ਆਪਣੇ ਵੀਰ ਦੋਸਤ ਵੱਲੋਂ ਸੱਤੇ ਅਮਲੀ ਵੱਲੋਂ ਘਰੋਂ ਆ ਚੁੱਕੇ ਹਾਂ ਤੁਹਾਨੂੰ ਜਿਵੇਂ ਦੱਸਿਆ ਕਿ ਅੱਜ ਕੱਲ੍ਹ ਉਹ ਦੁਨੀਆ 'ਚ ਨਹੀਂ ਰਹੇ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੇ ਪਰਿਵਾਰ ਨਾਲ ਮਿਲੇ ਹਾਂ ਹੁਣ ਅੱਗੇ ਚੱਲਦੇ ਹਾਂ ਆਪਾਂ ਜਿੱਥੇ ਵੀ ਜਾਣਾ ਤੁਹਾਨੂੰ ਦੱਸਾਂਗੇ ਸਰਪ੍ਰਾਈਜ਼ ਆਓ ਅਜੇ ਵੀ ਅਤੇ ਸਰਪ੍ਰਾਈਜ਼ ਤੁਹਾਨੂੰ ਅਸੀਂ ਜਾ ਕੇ ਅੱਗੇ ਦਿੰਦੇ ਹਾਂ ਆ ਜਾਓ ਲੈਟਸ ਗੋ ਲਓ ਜੀ ਜਗਰਾਓ ਨੂੰ ਹੁਣ ਮੁੜ ਲੱਗੇ ਅਸੀਂ ਜਗਰਾਓ ਰੋਡ ਵੱਲ ਨੂੰ ਅਤੇ ਫਿਰ ਜਿਹੜਾ ਸਰਪ੍ਰਾਈਜ਼ ਉਹ ਤੁਹਾਨੂੰ ਦੱਸਾਂਗੇ ਇਸ ਟਾਈਮ ਖੜ੍ਹੇ ਆਪਾਂ ਅਤੇ ਜਗਰਾਓ ਨੂੰ ਮੁੜ ਲੱਗੇ ਹਾਂ ਠੀਕ ਹੈ ਜੀ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਪੰਡੋਰੀ ਖਾਸ ਸਾਹਮਣੇ ਲਿਖਿਆ ਹੋਇਆ ਪੜ੍ਹ ਦਿਓ ਅਤੇ ਗੇਟ ਵੀ ਲੱਗਾ ਜੀ ਪੰਡੋਰੀ ਖਾਸ ਦਾ ਵਿਊ ਦੇਖੋ ਕਿੱਡਾ ਵਧੀਆ ਜੀ ਸੋ ਲੱਗ ਗਿਆ ਪਤਾ ਜੀ ਤੁਹਾਨੂੰ ਗੇਟ ਤੋਂ ਵਿਊ ਕਿੰਨਾ ਅੱਛਾ ਸੀ ਸੋ ਜਿਵੇਂ ਖਾਸ ਦੀ ਗੱਲ ਚੱਲੀ ਵੀ ਖਾਸ ਕੌਣ ਨੇ ਇਹ ਸਰਪ੍ਰਾਈਜ਼ ਹੈ ਇਹ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਥੋੜ੍ਹਾ ਜਿਹਾ ਹਜੇ ਮਾਹੌਲ ਹੋਰ ਇੰਟਰਸਟ ਬਣਾਉਂਦੇ ਤੁਹਾਡਾ ਅਤੇ ਇਸ ਕਰਕੇ ਤੁਹਾਨੂੰ ਦੱਸਣਾ ਵੀ ਖਾਸ ਪੰਡੋਰੀ ਖਾਸ ਦੇ ਵਿੱਚ ਖਾਸ ਕੌਣ ਹੈ ਅਤੇ ਉਹ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਜੀ ਅਤੇ ਦੇਖਦੇ ਰਹੋ ਸਾਡੀ ਇਹ ਵੀਡੀਓ ਅੱਗੇ ਕੀ ਹੁੰਦਾ ਜੀ ਵਿਖਾਉਂਦੇ ਵਿਊ ਵੇਖੋ ਜੀ ਗੱਡੀ ਸਾਡੀ ਉਹਦੀ ਸ਼ੀਸ਼ੇ ਨਜ਼ਰ ਆਉਂਦੀ ਤੁਰ ਪਈ ਆਹ ਦੇਖੋ ਜੀ ਹੁਣ ਆਪਾਂ ਇੱਧਰ ਨਿਕਲ ਗਏ ਹਾਂ ਜਿੰਨਾ ਹਾਲ ਆਪਾਂ ਖਾਸ ਜਾਣਾ
हाँ जी दोस्तों जिवें सरप्राइज तुहानूं दस्सिया वी सरप्राइज की आ पंडोरी खास दे विच खास कौन है। सो अज असीं पहुँच चुके हैं जी उस परिवार के घर ते आओ तुहानूं दर्शन करवाउने उहनां दे क्योंकि मैं बहुत वड्डा उहनां दा फैन हाँ ते हमेशा मतलब मैं तुसीं सोच रहे चाचा पिछना कल्ला कॉमेडी वाली ध्यान दिंदा पर नहीं मैं गुरु महाराज ने भी जुड़िया हुआ। सो आओ मिलाउने उस परिवार दे नाल जिहड़े खास ही जिहड़ा मैं सवेर दा कह रहा साडे खास सो आओ जी जिहड़े मैं तुहानूं खास कहा सी साडे भैण बीबी दलेर कौर जी जिन्हां नूं तुसीं सुणदे ही आ ते जिन्हां नूं मैं भी बहुत ज़्यादा सुणदा। आओ जी मिलदे आ साडे भैण जी ते उहनां दे फादर साहिब। वाहिगुरू जी का खालसा वाहिगुरू जी की फतेह जी। ਸਾਨੂੰ ਬੜਾ ਚੰਗਾ ਲੱਗਾ ਇਹਨਾਂ ਨਾਲ ਵਿਚਾਰ ਕਰਕੇ। ਸੋ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਭੈਣ ਬਾਣੇ ਦੇ ਵਿੱਚ ਇੰਨੇ ਸੋਹਣੇ ਲੱਗਦੇ ਨਾ ਮਾਲਕ ਚੜ੍ਹਦੀ ਕਲਾ ਰੱਖੇ ਤੇ ਸਾਡੇ ਵੀਰ ਜੀ ਵੀ ਬਹੁਤ ਸੋਹਣੇ ਲੱਗਦੇ। ਭਾਜੀ ਆਪਣਾ ਨਾਮ ਕੀ ਵੈਸੇ? ਜਿਨ੍ਹਾਂ ਨੂੰ ਅਸੀਂ ਹਮੇਸ਼ਾ ਦੁਕਾਨਾਂ ਚ ਦੇਖਿਆ ਜਾਂ ਟੀਵੀ ਤੇ ਦੇਖਿਆ ਲਿਫਾਫੇ ਚ ਨੀ ਪਾਉਣੇ ਇਹਦੀ ਆਦਤ ਹੈ ਜੀ ਜਦੋਂ ਚਾਰ ਬਿਸਕੁਟ ਵਧੀਆ ਲੱਗਦੇ ਲਿਫਾਫੇ ਚ ਪਾ ਲੈਂਦਾ। ਇਹ ਗੱਬਰ ਆ ਇਹ ਗੋਰਾ ਵਾ ਤੇ ਸਾਡੇ ਸਿਸਟਰ ਜੀ ਉਹਨਾਂ ਦੇ ਫਾਦਰ ਸਾਹਿਬ। ਹਾਂਜੀ ਆਓ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਵੱਡੀ ਗੱਲ ਹੈ ਜੀ ਸਰਦਾਰ ਜੀ ਬਾਬਾ ਜੀ ਤੁਹਾਡੇ ਸਾਰਾ ਪਰਿਵਾਰ ਗੁਰਸਿੱਖ ਹੈ। ਮੈਨੂੰ ਬੜੀ ਖੁਸ਼ੀ ਹੋਈ ਹੈ ਸਾਡੇ ਭੈਣ ਜੀ ਵੱਲ ਵੇਖ ਕੇ ਵੀਰ ਜੀ ਵੱਲ ਵੇਖ ਕੇ ਤੇ ਮਾਲਕ ਨੇ ਪੂਰੀ ਕਿਰਪਾ ਕੀਤੀ ਪ੍ਰੇਰਿਤ ਹੋਇਆ ਵੀ ਸਾਡੇ ਸਿੱਖਾਂ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਾਰਿਆਂ ਨੂੰ ਪਤਾ ਉਹ ਸਮਾਂ ਸੀ। ਚਲੋ ਅੱਜ ਵੀ ਸਾਨੂੰ ਯਾਦ ਰਹੇਗਾ ਕਿਉਂਕਿ ਜਿਹੜੇ ਫੱਟ ਲੱਗੇ ਉਹ ਉਹਨੂੰ ਕਦੇ ਭੁੱਲਣੇ ਹੀ ਨਹੀਂ ਨਾ ਭੁੱਲਣੇ ਆ ਹਰ ਇੱਕ ਨੂੰ ਨਹੀਂ ਭੁੱਲਣੇ ਕਿਸੇ ਨੂੰ ਨਹੀਂ ਭੁੱਲਣੇ। ਸੋ ਅੱਜ ਅਸੀਂ ਪਰਿਵਾਰ 'ਚ ਸਾਨੂੰ ਬੜੀ ਖੁਸ਼ੀ ਹੋਈ ਹੈ। ਸੋ ਪਰਿਵਾਰ ਦੇ ਨਾਲ ਮਿਲ ਕੇ ਸਾਰਾ ਪਰਿਵਾਰ ਗੁਰਸਿੱਖ ਹੈ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਲਾਈਨ ਵੱਲ ਜ਼ਰੂਰ ਜੋੜੋ ਯਾਨੀ ਕਿ ਉਹਨਾਂ ਨੂੰ ਗੁਰਸਿੱਖ ਬਣਾਓ ਸੰਪੂਰਨ ਬਾਣੀ ਵਿੱਚ ਰੱਖੋ ਜੋ ਸਾਡੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਇਹ ਸਿੱਖੀ ਸਾਨੂੰ ਦਿੱਤੀ ਹੈ ਔਰ ਇਸ ਦੇ ਨਾਲ ਵੱਧ ਤੋਂ ਵੱਧ ਆਪਾਂ ਨੂੰ ਆਪਣੇ ਬੱਚਿਆਂ ਨੂੰ ਸਾਫ਼ ਸੁਰਤ ਦੇਖਿਆ ਹੁਣ ਤੁਸੀਂ ਸਾਡੀ ਭੈਣ ਜੀ ਕਿੰਨੇ ਸੋਹਣੇ ਲੱਗ ਰਹੇ ਨਾ ਅਸਲ ਚਿਹਰਾ ਉਹ ਹੈ ਅਸਲ ਚਿਹਰਾ ਕਰਦੇ ਰਹੋ ਇੰਜੋਏ ਕਰੋ ਠੀਕ ਹੈ ਮਿਲਦੇ ਆ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਇੰਨਾ ਸਕੂਨ ਮਿਲਦਾ ਨਾ ਸੁਣ ਕੇ ਔਰ ਕਈ ਵਾਰੀ ਜਦੋਂ ਮੈਂ ਤੁਹਾਨੂੰ ਦੱਸਾਂਗੀ ਜਦੋਂ ਵੀਡੀਓ ਮੈਂ ਲਗਾਉਂਦਾ ਨਾ ਉੱਥੇ ਘਰੇ ਦੀਵਾਨ ਦੀ ਕਈ ਵਾਰੀ ਸੁਣਦੇ ਸੁਣਦੇ ਨਾ ਮੈਂ ਰਿਪੀਟ ਲਾ ਲੈਂਦਾ ਹੁੰਦਾ ਤੇ ਮੈਨੂੰ ਲਾਗੇ ਦੁਕਾਨਾਂ ਵਾਲੇ ਕਹਿੰਦੇ ਭਾਜੀ ਤੁਸੀਂ ਇਹੀ ਵਾਰ ਵਾਰ ਲਾਈ ਜਾਂਦੇ। ਮੈਂ ਕਿਹਾ ਇਹ ਵਾਰ ਵਾਰ ਨਹੀਂ ਹਜ਼ਾਰ ਵਾਰ ਵੀ ਸੁਣ ਲਓ ਨਾ ਤੇ ਮੈਂ ਤਾਂ ਵੀ ਮਤਲਬ ਮੈਨੂੰ ਸਕੂਨ ਨਹੀਂ ਮਿਲਦਾ ਮੈਂ ਸੁਣਦਾ ਹੀ ਸੁਣਾ ਮੈਨੂੰ ਮਨ ਨੂੰ ਵੱਡਾ ਵਧੀਆ ਲੱਗਦਾ ਮੈਂ ਜਿੰਨੀ ਵਾਰੀ ਸੁਣਾ ਮੈਨੂੰ ਉਨੀ ਵਾਰੀ ਵਧੀਆ ਲੱਗਦਾ। ਸੋ ਚਲਾ ਦਿਓ ਪੱਖਾ ਜੀ ਤੇ ਇਹ ਮੈਨੂੰ ਬਹੁਤ ਵਧੀਆ ਲੱਗਦਾ ਔਰ ਤੁਹਾਡੀ ਵੀ ਕਥਾ ਮੈਨੂੰ ਬਹੁਤ ਵਧੀਆ ਲੱਗਦੀ ਜਿਹੜੀ ਤੁਸੀਂ ਪ੍ਰਚਾਰ ਕਰਦੇ ਨਾ
ਖਾਸ ਕਰਕੇ ਉਹ ਜੋਸ਼ ਦੇ ਨਾਲ ਜਿਹੜਾ ਜੋਸ਼ ਹੁੰਦਾ ਨਾ ਤੁਹਾਡਾ ਉਹ ਵੀ ਬੜਾ ਵਧੀਆ ਲੱਗਦਾ ਪਰ ਉਹ ਆਪਾਂ ਸੁਣ ਨਹੀਂ ਸਕਦੇ ਦੁਆਨ ਚ ਸੁਣਾ ਦੁਆਨ ਚ ਸੁਣਾ ਉਹ ਮਾਹੌਲ ਹੁੰਦਾ ਨਾ ਉਹ ਮਾਹੌਲ ਹੁੰਦਾ ਪਰ ਮਾਰੇ ਜਦੋਂ ਆਪ ਵਰਤਦੇ ਆ ਇੱਕ ਥੋੜਾ ਜਿਹਾ ਹੋਈ ਉਹ ਜਿਹੜਾ ਤੁਸੀਂ ਜਿਹੜਾ ਗੰਗੂ ਬ੍ਰਾਹਮਣ ਨੇ ਜਿਹੜਾ ਮਤਲਬ ਕਹਿਰ ਕਮਾਇਆ ਸੀ ਨਾ ਤੇ ਉਹ ਮੈਨੂੰ ਦੋ ਲਾਈਨਾਂ ਤੁਸੀਂ ਜ਼ਰੂਰ ਸੁਣਾ ਦਿਓ ਜਿੱਦਾਂ ਤੁਸੀਂ ਉਸ ਸਟੇਜ ਤੇ ਦੱਸਿਆ ਸੀ ਦੁਆਨ ਚ ਇੱਕ ਭਾਈ ਮੋਤੀ ਰਾਮ ਮਹਿਰਾ ਦਾ ਤੁਸੀਂ ਦੱਸਿਆ ਸੀ ਜਦੋਂ ਮਾਤਾ ਜੀ ਕੋਲ ਆਉਂਦਾ ਮੋਤੀ ਰਾਮ ਮਹਿਰਾ ਦੁੱਧ ਲੈ ਕੇ ਮਾਤਾ ਜੀ ਤੋਂ ਫਿਰ ਮਾਤਾ ਜੀ ਜਾਣ ਲੱਗੇ ਵਰ ਦਿੰਦੇ ਆ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਈ ਦੁੱਧ ਪਿਲਾਇਆ ਮਾਤਾ ਆਖਿਆ ਆਸ਼ੀਰਵਾਦ ਮੇਰਾ ਜਦ ਤੱਕ ਚੰਦ ਸਿਤਾਰੇ ਰਹਿਣ ਮੋਤੀ ਉਹਨਾਂ ਚਿਰ ਜਗ ਤੇ ਰਹੇਗਾ ਨਾਮ ਤੇ ਦੇਖੋ ਮਾਤਾ ਜੀ ਨੇ ਵਰ ਕਿਹਾ ਜਾਂ ਦਿੱਤਾ ਤੇ ਅੱਜ ਉਸ ਭਾਈ ਮੋਤੀ ਰਾਮ ਮਹਿਰੇ ਦਾ ਨਾਮ ਜਿਹੜਾ ਅੱਜ ਸਾਡੇ ਇਤਿਹਾਸ ਦੇ ਉੱਤੇ ਸੁਨਹਿਰੀ ਪੰਨਿਆਂ ਦੇ ਉੱਪਰ ਚਮਕਾ ਰਿਹਾ ਸੋ ਬਹੁਤ ਵਧੀਆ ਲੱਗਦਾ ਜੀ ਇਹਨਾਂ ਦੇ ਜਿੰਨੇ ਵੀ ਦੀਵਾਨ ਮੈਂ ਸੁਣੇ ਆ ਤੇ ਮੈਨੂੰ ਵਿੱਚ ਵਿੱਚ ਮੈਂ ਆਪਣੀ ਖਿੰਪਣ ਬਾਅਦ 'ਚ ਆਏ ਨਾ ਮੈਨੂੰ ਕਹਿੰਦੇ ਕਈ ਕਈ ਕਹਿੰਦੇ ਚਾਚਾ ਬਿਜਨਾ ਹੀ ਬੋਲਿਆ ਕਰ ਸੋ ਮੈਨੂੰ ਬਹੁਤ ਵਧੀਆ ਲੱਗਦਾ ਜੀ ਤੁਸੀਂ ਜਿਹੜੇ ਮਤਲਬ ਮਾਲਕ ਨੇ ਤੁਹਾਨੂੰ ਜਿਹੜੇ ਸਿੱਖੀ ਪ੍ਰਚਾਰ ਵੱਲ ਲਾਇਆ ਹੋਇਆ ਮਾਲਕ ਤੁਹਾਨੂੰ ਏਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਅਸੀਂ ਇਹੀ ਦੁਆ ਮੰਗਦੇ ਹਾਂ ਔਰ ਸਾਡੀ ਉਮਰ ਵੀ ਤੁਹਾਨੂੰ ਲੱਗੇ ਕਿਉਂਕਿ ਮੇਰੀ ਸੋ ਜਿੰਨੀ ਵੀ ਮਾਲਕ ਨੇ ਬਖਸ਼ੀ ਆ ਤੇ ਉਹਦੇ ਵਿੱਚ ਥੋੜ੍ਹੀ ਜਿਹੀ ਜਿੰਨੇ ਕੁ ਹਿੱਸੇ ਉਹ ਮੈਂ ਚਾਹੁੰਦਾ ਕਿ ਸਾਡੀ ਭੈਣ ਨੂੰ ਮਿਲੇ ਸੋ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਦੋਸਤੋ ਹੁਣ ਅਸੀਂ ਆ ਗਏ ਹਾਂ ਨਿਕਲ ਆਏ ਬਾਹਰ ਅਤੇ ਹੁਣ ਜਾ ਰਹੇ ਹਾਂ ਅਸੀਂ ਤਰਨ ਤਾਰਨ ਅਤੇ ਵਾਪਸ ਅਤੇ ਬਹੁਤ ਅੱਛਾ ਲੱਗਾ ਜੀ ਭੈਣ ਜੀ ਹੁਣਾਂ ਨੂੰ ਮਿਲ ਕੇ ਬੀਬੀ ਦਲੇਰ ਕੌਰ ਜੀ ਨੂੰ ਸੋ ਬਹੁਤ ਅੱਛੇ ਵਿਚਾਰ ਉਹਨਾਂ ਦੇ ਅਸੀਂ ਸੁਣੇ ਬੜੇ ਹੀ ਮਿਲਣਸਾਰ ਪਰਿਵਾਰ ਹੈ ਸਾਰਾ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੀਆਂ ਸਿਸਟਰਾਂ ਉਹਨਾਂ ਦੇ ਚਾਚੇ ਤਾਏ ਸਾਰੇ ਬਹੁਤ ਵਧੀਆ ਲੱਗੇ ਸਾਨੂੰ ਬਹੁਤ ਸੋਹਣਾ ਸੁਭਾਅ ਲੱਗਾ ਮਾਲਕ ਉਹਨਾਂ ਚੜ੍ਹਦੀ ਕਲਾ 'ਚ ਰੱਖੇ ਸੋ ਇਸ ਤਰ੍ਹਾਂ ਸਾਡੇ ਵਲੌਗ ਨੂੰ ਕਰਦੇ ਰਹੋ ਪਿਆਰ ਥੈਂਕ ਯੂ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਉਪਾਸਨਾ ਸਿੰਘ ਚਾਚਾ ਵਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਵਿਸ਼ਨਾ ਦੀ ਕਾਮੇਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਾਜ ਸੋ ਗਾਇਸ ਚਾਚਾ ਵਿਸ਼ਨਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵਧੀਆ ਵਧੀਆ ਕਮੈਂਟ ਕਰੋ ਬਹੁਤ ਘੈਂਟ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ